हेलो 7थ क्लास सारे ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਦਾ ਮੇਰੀ ਕਲਾਸ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਕਰਾਂਗੇ ਐਕਸਰਸਾਈਜ਼ 2.6 ਅਭਿਆਸ 2.6 ਹੈ ਤੁਹਾਡੇ ਸਾਹਮਣੇ ਦੇਖੋ ਐਕਸਰਸਾਈਜ਼ 2.6 ਫਾਈਂਡ ਦਾ ਪ੍ਰੋਡਕਟ ਆਫ ਈਚ ਆਫ ਦਾ ਫੋਲੋਇੰਗ ਇਹ ਲਿਖਿਆ ਦਾ ਗੁਣਨਫਲ ਪਤਾ ਕਰੋ ਗੁਣਾ ਕਰਨੀ ਅਸੀਂ ਪ੍ਰੋਡਕਟ ਪਤਾ ਕਰਨਾ ਹੈ ਇੱਥੇ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਇੱਥੇ ਸਾਡੀ ਜਿਹੜੀ ਗੁਣਾ ਹੋਈ ਹੈ ਨਾ 10 100 10 1000 10 100 1000 ਠੀਕ ਹੈ ਜਾਂ 10 ਨਾਲ ਹੋਈ ਹੈ ਜਾਂ 100 ਨਾਲ ਹੋਈ ਹੈ ਜਾਂ 1000 ਨਾਲ ਹੋਈ ਹੈ ਇਹ ਹੀ ਹੈ ਨਾ ਤਿੰਨ ਤੇ ਜਦੋਂ ਵੀ ਅਸੀਂ ਇਦਾਂ ਦੀ ਗੁਣਾ ਕਰਨੀ ਹੈ ਨਾ ਇਦਾਂ ਦਾ ਮਲਟੀਪਲੀਕੇਸ਼ਨ ਤਾਂ ਸਾਨੂੰ ਸਮ ਆ ਜੇ ਤਾਂ ਅਸੀਂ ਇਹਦਾ ਜਿਹੜਾ ਫਰਸਟ ਲੈਟਰ ਦੇਖੋ 1 ਹੈ ਹਨਾ ਕਦੀ ਵੀ ਅਸੀਂ ਕਿਸੇ ਅੰਕ ਨੂੰ ਜੇ ਮੰਨ ਲਓ ਅਸੀਂ 2 ਨੂੰ 1 ਨਾਲ ਗੁਣਾ ਕਰੀਏ ਤਾਂ ਆਨਸਰ ਸਾਡਾ 10 ਨਹੀਂ ਆਂਦਾ ਜੇ ਅਸੀਂ 50 ਨੂੰ ਵੀ 1 ਨਾਲ ਗੁਣਾ ਕਰਾਂਗੇ ਤਾਂ 50 ਹੀ ਆਣਾ ਠੀਕ ਹੈ ਕਿਸੇ ਵੀ ਰਕਮ ਨੂੰ ਅਸੀਂ 1 ਨਾਲ ਮਲਟੀਪਲਾਈ ਕਰ ਦਈਏ ਤਾਂ ਉਹ ਸੇਮ ਹੀ ਸਾਡਾ ਆਨਸਰ ਹੁੰਦਾ ਠੀਕ ਹੁਣ 1 ਦੇ ਨਾਲ ਤਾਂ ਅਸੀਂ ਇਹਨੂੰ ਮਲਟੀਪਲਾਈ ਕਰਾਂਗੇ ਤੇ ਇਹ ਸਾਡਾ ਆਨਸਰ ਕਿੰਨਾ ਆ ਇੰਨਾ ਹੀ ਹੋ ਜਾਣਾ ਜਿੰਨਾ ਹੈਗਾ 1 3 1 ਤੇ ਇਹ ਇੱਕ ਜ਼ੀਰੋ ਲੱਗ ਜਣੀ ਇਹਦੇ ਨਾਲ ਜਦੋਂ ਅਸੀਂ 10 ਨਾਲ ਇਹਨੂੰ ਗੁਣਾ ਕਰਾਂਗੇ 1 ਦੇ ਨਾਲ ਇਹਨੂੰ ਹੋ ਗਈ ਤੇ ਇੱਕ ਜਿਹੜੀ ਜ਼ੀਰੋ ਇੱਥੇ ਨਾਲ ਲੱਗ ਜਣੀ ਹੋਰ ਇਹਨਾਂ ਆਨਸਰ ਆ ਜਦੋਂ ਵੀ ਅਸੀਂ 10 ਨਾਲ ਮਲਟੀਪਲਾਈ ਕਰਾਂਗੇ ਨਾ ਐਦਾਂ 10 ਨਾਲ 1 2 2 ਤੇ ਨਾਲ 0 10 2 20 ਹੁੰਦੇ ਠੀਕ ਹੈ 50 ਨੂੰ 10 ਨਾਲ ਕਰਾਂਗੇ 50 1 50 ਤੇ ਨਾਲ 0 500 ਹੋ ਜਾਣਾ ਇਸੇ ਤਰ੍ਹਾਂ 1 ਨਾਲ ਗੁਣਾ ਕਰਕੇ ਜਿੰਨੀਆਂ ਜ਼ੀਰੋ ਆ ਪਿੱਛੇ ਲਗਾ ਲੈਣੀਆਂ ਸੀ ਠੀਕ ਹੈ ਇਹ ਤਾਂ ਸਾਡੀ ਹੋ ਗਈ ਸਿੰਪਲ ਮਲਟੀਪਲੀਕੇਸ਼ਨ ਹੁਣ ਇਹ ਚ ਡੈਸੀਮਲ ਵੀ ਹੈ ਉਹਦਾ ਕੀ ਕਰੀਏ ਠੀਕ ਹੈ ਹੁਣ ਅਸੀਂ ਗਿਣ ਲੈਣਾ ਡੈਸੀਮਲ ਤੋਂ ਬਾਅਦ ਕਿੰਨੇ ਡਿਜੀਟ ਹੈਗੇ 1 ਤੇ 2 ਅਸੀਂ ਇੱਥੋਂ ਦੋ ਡਿਜੀਟ ਛੱਡਨੇ 1 ਤੇ 2 ਇੱਥੇ ਸਾਡਾ ਪੁਆਇੰਟ ਲੱਗ ਗਿਆ ਠੀਕ ਹੈ ਇੱਥੇ ਜਿਸਲੇ ਪੁਆਇੰਟ ਲੱਗਾ ਤੇ ਸਾਡੇ ਕੋਲ ਬਣ ਗਿਆ 13 ਡੈਸੀਮਲ 10 ਹੁਣ ਇੱਥੇ ਮੈਂ ਜਿੰਨੀਆਂ ਮਰਜ਼ੀ ਜ਼ੀਰੋ ਲਗਾਦਾ ਉਦਾਂ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਉਹਨਾਂ ਦੀ ਕੋਈ ਵੈਲਿਊ ਨਹੀਂ ਹੁੰਦੀ ਠੀਕ ਹੈ ਇਸ ਕਰਕੇ ਇਸ ਜ਼ੀਰੋ ਦੀ ਵੀ ਕੋਈ ਵੈਲਿਊ ਨਹੀਂ ਹੈਗੀ ਇਹ ਅਸੀਂ ਸਵਾਲ ਕਰਨੇ ਲਈ ਲਾ ਲਈ ਸੀ ਸਮਝਾਉਣ ਵਾਸਤੇ ਇਸ ਜ਼ੀਰੋ ਦੀ ਨੋ ਵੈਲਿਊ ਐਨੋ ਸੀ ਨਹੀਂ ਲਿਖਣਾ ਲੋਡ ਪਵੇਗੀ ਤਾਂ ਅਸੀਂ ਸਾਨੂੰ ਜ਼ਰੂਰਤ ਪਵੇਗੀ ਤਾਂ ਅਸੀਂ ਲਗਾ ਲਾਂਗੇ ਇਹ ਜ਼ੀਰੋ ਨਹੀਂ ਜ਼ਰੂਰਤ ਪਵੇਗੀ ਤਾਂ ਇਹਦੀ ਕੋਈ ਵੈਲਿਊ ਨਹੀਂ ਅੰਡਰਸਟੈਂਡ ਹੁਣ ਕੀ ਹੋਇਆ ਤੁਸੀਂ ਨੋਟ ਕਰੋ ਇਸ ਗੱਲ ਨੂੰ ਕਿ ਜਦੋਂ ਅਸੀਂ 10 ਨਾਲ ਮਲਟੀਪਲਾਈ ਕੀਤਾ ਰਕਮ ਤਾਂ ਆਹੀ ਰਹੀ ਨਾ 131 131 ਠੀਕ ਹੈ ਪਹਿਲਾਂ ਸੀਗਾ 1.31 ਤੇ ਹੁਣ ਆ ਗਿਆ 13.1 ਕੀ ਹੋਇਆ ਕਿ ਇੱਕ ਸਿਫਰ ਹੈ ਤੇ ਡੈਸੀਮਲ ਵੀ ਜਿਹੜਾ 1. ਜੰਪ ਜੰਪ ਕਰਕੇ ਇੱਥੇ ਆ ਗਿਆ ਡੈਸੀਮਲ ਇੱਥੇ ਸੀ ਉਹਨੂੰ ਇੱਕ ਜ਼ੀਰੋ ਮਿਲ ਗਈ ਮਲਟੀਪਲਾਈ ਹੋ ਕੇ ਤੇ ਉਹ ਉਹਨੇ ਜੰਪ ਮਾਰਿਆ ਇਧਰ ਪਿੱਛੇ ਆ ਗਿਆ ਸ਼ਰਾਰਤੀ ਬੱਚਾ ਠੀਕ ਹੈ ਇੱਥੇ ਆ ਗਿਆ ਇਹ ਸਾਡਾ ਆਨਸਰ ਆ ਗਿਆ ਅੱਗੇ ਦੇਖੋ ਸੈਕੰਡ ਪਾਰਟ ਇਹਦੇ ਵਿੱਚ ਵੀ 10 ਦੀ ਮਲਟੀਪਲੀਕੇਸ਼ਨ ਹੈ ਹੁਣ ਇੱਥੇ ਕੀ ਹੋਣਾ ਸਾਡੇ ਕੋਲ ਇੱਥੇ ਵੀ ਤੁਹਾਨੂੰ ਉਦਾਂ ਹੀ ਕਰਕੇ ਦੱਸ ਦਿੰਨੀ ਮੈਂ ਕਿ ਇਹ ਐਨ ਨੂੰ ਤਾਂ ਜਿਸਲੇ ਅਸੀਂ ਗੁਣਾ ਕਰਨੀ ਇੱਕ ਦੇ ਨਾਲ ਮਲਟੀਪਲਾਈ ਕਰਨੀ ਇੱਕ ਦੇ ਨਾਲ ਇਹ ਤਾਂ ਇੰਨਾ ਹੀ ਆ ਜਾਣਾ 257 ਠੀਕ ਹੈ 10 ਦੀ ਇੱਕ ਜ਼ੀਰੋ ਲੱਗ ਜਾਣੀ ਇੱਥੇ ਲੱਗ ਗਈ ਹੁਣ ਡੈਸੀਮਲ ਕਿੱਥੇ ਲੱਗਣਾ ਇੱਕੋ ਹੀ ਅੰਕ ਹੈ ਡੈਸੀਮਲ ਤੋਂ ਪਿੱਛੇ ਰਾਈਟ ਹੈਂਡ ਸਾਈਡ ਤੇ ਤਾਂ ਇੱਕੋ ਹੀ ਅੰਕ ਛੱਡ ਕੇ ਅਸੀਂ ਇੱਥੇ ਡੈਸੀਮਲ ਲਗਾ ਦਾਂਗੇ ਠੀਕ ਹੈ ਪਿੱਛੇ ਜ਼ੀਰੋ ਹੈਗੀ ਆ ਜੇ ਮੈਂ ਤੁਹਾਨੂੰ ਪੁੱਛਾਂ ਜੇ ਕਿਸੇ ਕੋਲ 200 ਰੁਪਈਆ ਹੋਵੇ ਜਾਂ 150 ਰੁਪਏ ਹੋਣ ਜਾਂ 175 ਰੁਪਏ ਹੋਣ ਤਾਂ ਇਹ ਥੋੜੋ ਬੋਲੇਗਾ 175 ਰੁਪਏ ਜ਼ੀਰੋ ਪੈਸੇ ਹੈ ਮੇਰੇ ਕੋਲ ਹਣਾ ਮਤਲਬ ਜੇ ਪਿੱਛੇ ਕੁਝ ਹੈ ਹੀ ਨਹੀਂ ਤਾਂ ਉਹਨੂੰ ਬੋਲਣ ਲਿਖਣ ਦੀ ਵੀ ਕੀ ਜ਼ਰੂਰਤ ਹੈ ਸਮਝ ਲੱਗੀ ਡੈਸੀਮਲ ਕਿੱਥੇ ਆ ਗਿਆ 7 ਦੇ ਪਿੱਛੇ ਹੁਣ ਡੈਸੀਮਲ ਦੀ ਵੀ ਕੋਈ ਇੰਪੋਰਟੈਂਸ ਨਹੀਂ ਰਹੀ ਇੱਥੇ ਚਲ ਨਿਕਲ ਗਿਆ ਹੋ ਅੰਕਾਂ ਦੇ ਵਿੱਚੋਂ ਠੀਕ ਹੈ ਇਹਨਾਂ ਅਨਸਰ ਆ ਗਿਆ 257 ਓਕੇ ਹੁਣ ਨੈਕਸਟ ਦੇਖੋ ਸਾਡੇ ਕੋਲ ਕੀ ਹੈ 101 1 .01, 1 .01, 1.01 1.01 ਮਲਟੀਪਲਾਈ ਇਹਨੂੰ ਕੀਤਾ 100 ਦੇ ਨਾਲ 100 ਨਾਲ ਗੁਣਾ ਕੀਤੀ ਹੈ ਤਾਂ ਪਹਿਲਾਂ ਤਾਂ ਅਸੀਂ ਇਹ ਰਕਮ ਲਿਖ ਲਾਂਗੇ 1 ਨਾਲ ਗੁਣਾ ਹੋ ਕੇ ਕਿੰਨੀ ਆ ਜਾਣੀ 101 ਇੰਨੀ ਆ ਗਈ 1 ਨਾਲ ਜਦੋਂ ਇਹਨੂੰ ਮਲਟੀਪਲਾਈ ਕੀਤਾ ਤੇ ਇਹਨਾਂ ਆ ਗਿਆ ਨਾਲ ਫੇ ਸਾਡੇ ਕੋਲ ਇਹ ਵੀ ਦੋ ਜ਼ੀਰੋ ਲੱਗ ਗਈਆਂ ਠੀਕ ਹੈ 100 ਵਾਲੀਆਂ ਦੋ ਜ਼ੀਰੋ ਵੀ ਲੱਗ ਗਈਆਂ ਹੁਣ ਕੀ ਹੋਇਆ ਕਿ ਡੈਸੀਮਲ ਨੇ ਦੋ ਜ਼ੀਰੋ ਸੀ ਗਿਆ ਡੈਸੀਮਲ ਨੇ ਕਿੰਨੀਆਂ ਛੁਲੰਗਾ ਲਗਾਉਣੀਆਂ ਕਿੰਨੇ ਜੰਪ ਲਗਾਣੇ 2 ਪਹਿਲਾ ਇੱਕ 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 ਡਿਜੀਟ ਨੂੰ ਛੱਡ ਕੇ ਜੰਪ ਲਾਣਾ ਨੇ ਪਹਿਲਾ ਜੰਪ ਉਹਦਾ ਇੱਥੇ ਆਇਆ ਦੂਜਾ ਜੰਪ ਉਹਦਾ ਇੱਥੇ ਆਇਆ ਠੀਕ ਹੈ ਇਹਦਾ ਮਤਲਬ ਡੈਸੀਮਲ ਇੱਥੇ ਆਣਾ ਹੈ ਉਹਦਾ ਵੀ ਅਸੀਂ ਦੇਖੀਏ ਤਾਂ ਡੈਸੀਮਲ ਤੋਂ ਬਾਅਦ ਦੋ ਅੰਕ ਆ ਤਾਂ ਅਸੀਂ ਇਧਰੋਂ ਦੋ ਅੰਕ ਛੱਡ ਕੇ ਡੈਸੀਮਲ ਲਗਾਣਾ ਦੋਨੇ ਤਰ੍ਹਾਂ ਨਾਲ ਈ ਗੱਲ ਤੇ ਠੀਕ ਹੈ ਹੁਣ ਸਾਡੇ ਕੋਲ ਪਿੱਛੇ ਦੋ ਜ਼ੀਰੋ ਹੀ ਬਚੀਆਂ ਹੋਰ ਤਾਂ ਕੁਝ ਬਚਿਆ ਨਹੀਂ ਇਸ ਕਰਕੇ ਆਨਸਰ ਕਿੰਨਾ ਆ ਜਾਣਾ ਸਾਡਾ 101 ਸਮਝੇ ਨਾ ਹੁਣ ਇੱਥੇ ਵੀ ਅਸੀਂ ਹੰਡਣ ਨਾਲ ਮਲਟੀਪਲਾਈ ਕਰਨਾ ਹੁਣ ਤੁਸੀਂ ਇੰਨੇ ਸਵਾਲ ਸਮਝ ਗਏ ਹੋਗੇ ਕਰਕੇ ਕਿ ਅਸੀਂ ਕੀ ਕਰਨਾ ਦੋ ਜ਼ੀਰੋ ਆ ਡੈਸੀਮਲ ਨੇ ਦੋ ਛਲੰਗਾ ਲਗਾਣੀਆਂ ਦੋ ਜੈਂਪ ਲਗਾਣੇ ਆ ਇੱਕ ਇੱਥੇ ਆਇਆ ਦੂਜਾ ਇੱਥੇ ਆਇਆ ਪਿੱਛੇ ਕੁਝ ਨਹੀਂ ਹੈਗਾ ਤਾਂ ਸਾਡਾ ਆਨਸਰ ਕਿੰਨਾ ਆ ਜਾਣਾ 45 ਜੇ ਤੁਸੀਂ ਇੱਥੇ ਗੁਣਾ ਕਰਕੇ ਵੀ ਦੇਖੋਗੇ ਨਾ 0.45 ਨੂੰ 100 ਨਾਲ ਠੀਕ ਹੈ ਇੱਕ ਨਾਲ ਗੁਣਾ ਕਰਾਂਗੇ 45 ਲਿਖ ਲਿਆ ਸੀ ਤੇ ਪਿੱਛੇ ਦੋ ਜ਼ੀਰੋ ਲੱਗ ਜਾਣੀਆਂ ਇਹ ਆਨਸਰ ਆਇਆ ਕਿ ਸਾਡੇ ਕੋਲ ਦੋ ਡਿਜੀਟ ਆ ਡੈਸੀਮਲ ਦੇ ਪਿੱਛੇ ਦੋ ਡਿਜੀਟ ਆ ਦੋ ਛੱਡ ਕੇ ਅਸੀਂ ਇੱਥੇ ਡੈਸੀਮਲ ਲਗਾਇਆ ਤੇ ਇਹ ਨਹੀਂ ਅਨਸਰ ਆਇਆ ਠੀਕ ਹੈ ਨਾ 45 ਅਨਸਰ ਆ ਗਿਆ ਇੱਥੇ ਦੇਖੋ ਹੁਣ ਸਾਡੇ ਕੋਲ 9.7 ਨੂੰ ਮਲਟੀਪਲਾਈ ਕਰਨਾ ਸੀ 100 ਦੇ ਨਾਲ ਅਸੀਂ ਰਕਮ ਲਿਖ ਲਾਂਗੇ 9.7 ਨੂੰ ਮਲਟੀਪਲਾਈ ਕਰਾਂਗੇ ਤੇ ਆ 97 ਆ ਗਿਆ ਇੱਕ ਤਾਂ ਨਾਲ 100 ਦੀਆਂ ਦੋ ਜ਼ੀਰੋ ਲੱਗ ਗਈਆਂ ਲੱਗ ਗਈਆਂ ਹੁਣ ਜਿਹੜਾ ਡੈਸੀਮਲ ਹੈ ਉਹਨੇ ਕਿੰਨੇ ਜੰਪ ਲਗਾਣੇ ਆ ਦੋ ਹੀ ਲਗਾਣੇ ਆ ਜਾਂ ਅਸੀਂ ਇਧਰੋਂ ਦੇਖੀਏ ਕਿ ਅਸੀਂ ਜਿਹੜਾ ਸਾਡਾ ਆਨਸਰ ਆਇਆ ਉਹਦੇ ਵਿੱਚ ਅਸੀਂ ਕਿੰਨੇ ਡਿਜੀਟ ਛੱਡ ਕੇ ਡੈਸੀਮਲ ਲਗਾਣਾ ਇੱਕ ਡੈਸੀਮਲ ਤੋਂ ਬਾਅਦ ਇੱਕੋ ਹੀ ਹੈ ਨਾ ਇਧਰੋਂ ਦੇਖਾਂਗੇ ਇੱਕ ਜੇ ਅਸੀਂ ਇਧਰੋਂ ਦੇਖਾਂਗੇ ਕਿ ਇਹਨੇ ਕਿੰਨੇ ਜੰਪ ਲਗਾਣੇ ਆ ਦੋ ਹੈ ਨਾ ਤਾਂ ਫਿਰ ਇੱਥੇ ਸੀਗਾ ਇਹਨੇ ਦੋ ਜੰਪ ਲਗਾਣੇ ਇੱਕ ਤੇ ਦੋ ਸੇਮ ਜਗ੍ਹਾ ਠੀਕ ਹੈ ਹੁਣ ਦੇਖੋ ਸਾਨੂੰ ਇੱਕ ਜ਼ੀਰੋ ਦੀ ਜ਼ਰੂਰਤ ਪੈ ਗਈ ਇੱਕ ਦੀ ਸਾਨੂੰ ਨਹੀਂ ਹੈ ਉਹਨੂੰ ਅਸੀਂ ਹਟਾ ਦਾਂ ਜੰਝੇ ਰਹਿਣ ਵੀ ਦੋਗੇ ਨਾ ਤਾਂ ਵੀ ਗਲਤ ਨਹੀਂ ਹੈ ਤਾਂ ਡਾਂਸਰ ਇੰਨਾ ਵੀ ਲਿਖ ਦਿਓ No problem doubt ਚ ਨਹੀਂ ਪੈਣਾ ਠੀਕ ਹੈ ਇੱਥੇ ਤੁਹਾਡੇ ਕੋਲ ਸੇਮ ਹੋਈ 10 ਨਾਲ ਮਲਟੀਪਲੀਕੇਸ਼ਨ ਆ ਤੇ ਡੈਸੀਮਲ ਨੇ ਇੱਕ ਸਟੈਪ ਪਿੱਛੇ ਜਾਣਾ ਤੁਹਾਡਾ ਆਨਸਰ ਆ ਜਾਣਾ 38.7 ਠੀਕ ਹੈ ਇੱਥੇ ਵੀ 10 ਨਾਲ ਮਲਟੀਪਲੀਕੇਸ਼ਨ ਆ ਇਹ ਕੀ ਹੈ ਸਾਡੇ ਕੋਲ 0.07 ਇਹ ਡੈਸੀਮਲ ਨੇ ਫੇਰ ਇੱਥੇ ਆ ਜਾਣਾ ਆਨਸਰ ਕੀ ਆ ਜਾਏਗਾ 0.7 ਠੀਕ ਹੈ ਨੈਕਸਟ ਸਮ ਸਾਡੇ ਕੋਲ ਹੈਗਾ 0.3 ਨੂੰ 100 ਨਾਲ ਮਲਟੀਪਲਾਈ ਕਰਨਾ ਹੁਣ ਡੈਸੀਮਲ ਨੇ ਦੋ ਜੰਪ ਲਗਾਣੇ ਆ ਦੋ ਜੰਪ ਲਗਾਣ ਲਈ ਉਹਨੂੰ ਇੱਕ ਜ਼ੀਰੋ ਚਾਹੀਦੀ ਹੋਏਗੀ ਇੱਥੇ ਅਸੀਂ ਇੱਥੇ ਫਿਰ ਹੁਣ ਇਹਨੂੰ ਪੂਰਾ ਹੀ ਮਲਟੀਪਲਾਈ ਕਰ ਲੈਨੇ 31 ਦਾ 3 ਤੇ ਨਾਲ 100 ਦੀਆਂ ਦੋ ਜ਼ੀਰੋ ਲੱਗ ਗਈਆਂ ਤੇ ਡੈਸੀਮਲ ਨੇ ਦੋ ਜੰਪ ਲਗਾਣੇ ਆ ਇੱਥੇ ਸੀਗਾ ਇੱਥੇ ਤੇ ਇੱਥੇ ਆਇਆ ਜੇ ਉਦਾਂ ਵੀ ਦੇਖੀਏ ਡੈਸੀਮਲ ਕਿੱਥੇ ਲੱਗਦਾ ਅਸੀਂ ਟੋਟਲ ਜਿਹੜੀਆਂ ਰਕਮਾਂ ਗਿਣ ਲਈ ਦੀਆਂ ਆ ਕਿ ਡੈਸੀਮਲ ਦੇ ਪਿੱਛੇ ਕਿੰਨੇ ਡਿਜੀਟ ਹੈਗੇ ਆ ਰਾਈਟ ਹੈਂਡ ਸਾਈਡ ਤੇ ਇੱਕੋ ਹੀ ਆ ਤੇ ਇਧਰੋਂ ਇੱਕ ਛੱਡ ਗਏ ਸੀ ਇੱਥੇ ਲਾਤਾ ਸੇਮ ਆਨਸਰ ਆ ਗਿਆ ਸਾਡਾ ਠੀਕ ਹੈ ਇੱਥੇ ਦੇਖੋ 53.7 ਹੈ 53 .7 ਇਹਨੂੰ ਅਸੀਂ 1000 ਨਾਲ ਮਲਟੀਪਲਾਈ ਕਰਨਾ ਪਹਿਲਾਂ ਤਾਂ ਵੰਨਾ ਕਰਾਂਗੇ ਅਸੀਂ 537 3 ਜ਼ੀਰੋ ਨਾਲ ਲਗਾ ਦੋ ਠੀਕ ਹੈ ਡੈਸੀਮਲ ਤੋ ਬਾਅਦ ਕਿੰਨੇ ਡਿਜੀਟ ਆ ਇੱਕੋ ਹੀ ਆ ਇੱਕੋ ਹੀ ਆ ਨਾ ਤਾਂ ਅਸੀਂ ਇਥੋਂ ਇੱਕ ਛੱਡ ਕੇ ਇੱਥੇ ਡੈਸੀਮਲ ਲਗਾ ਦਾਂਗੇ ਠੀਕ ਹੈ ਇਹ ਸਾਡਾ ਆਨਸਰ ਹੈ ਜੇ ਸਾਨੂੰ ਨਹੀਂ ਸਮਝ ਲੱਗੇ ਉਦਾਂ ਜੇ ਇੱਥੇ ਦੇਖਿਆ ਜਾਏ ਤਾਂ ਸਿੱਧਾ ਕੀ ਹੈ ਕਿ ਸਾਨੂੰ ਕਿ ਸਾਡੇ ਡੈਸੀਮਲ ਨੇ ਇੱਥੇ ਕਿੰਨੇ ਜੰਪ ਲਗਾਣੇ ਆ 1 2 3 ਤਿੰਨ ਜੰਪ ਲਗਾਣੇ ਆ ਤਾਂ ਉਹਦੇ ਕੋਲ ਜੰਪ ਲਾਣੇ ਨੂੰ ਇੱਕੋ ਹੀ ਡਿਜੀਟ ਆ ਦੋ ਅਸੀਂ ਹੋਰ ਦੇਣੇ ਆ ਉਹਨੂੰ ਜੰਪ ਮਾਰਨੇ ਨੂੰ ਦੋ ਫਿਰ ਅਸੀਂ ਜ਼ੀਰੋ ਹੀ ਦੇ ਸਕਦੇ ਆ ਠੀਕ ਹੈ ਤਾਂ ਅਸੀਂ ਇਹਦਾ ਆਨਸਰ ਕੀ ਲਿਖ ਸਕਦੇ ਆ 53 7 ਇੱਕ ਜੰਪ ਹੋ ਗਿਆ ਇਹ ਦੂਜਾ ਜੰਪ ਹੋ ਗਿਆ ਇਹ ਤੀਜਾ ਜੰਪ ਹੋ ਗਿਆ ਇਹ ਹੀ ਆਨਸਰ ਆ ਗਿਆ ਦੇਖੋ ਠੀਕ ਹੈ ਨਾ ਇਹ ਸਾਡਾ ਆਨਸਰ ਹੋ ਗਿਆ ਹੁਣ ਇੱਥੇ ਦੇਖੋ ਇੱਥੇ ਸਾਡੇ ਕੋਲ ਅਸੀਂ 1000 ਨਾਲ ਗੁਣਾ ਕਰ ਰਹੇ ਹਾਂ ਤੇ ਸਾਡੇ ਕੋਲ ਡਿਜੀਟ ਹੈਗੇ 2 ਚਾਹੀਦੇ 3 ਆ ਇਹਦਾ ਮਤਲਬ ਇੱਕ ਜ਼ੀਰੋ ਹੋਰ ਲਾਵਾਂਗੇ ਇਹਦੇ ਨਾਲ ਠੀਕ ਹੈ ਆਨਸਰ ਸਾਡਾ ਕੀ ਆ ਜਾਏਗਾ 0 2 ਇੱਕ ਜ਼ੀਰੋ ਹੋਰ ਇੱਥੇ ਡੈਸੀਮਲ ਸੀਗਾ ਇੱਕ ਜੰਪ ਦੋ ਜੰਪ ਤਿੰਨ ਜੰਪ ਇੱਥੇ ਤੱਕ ਜੰਪ ਮਾਰਿਆ ਨੇ ਅੱਗੇ ਜ਼ੀਰੋ ਹੈ ਹੁਣ ਸਾਨੂੰ ਨਾ ਤਾਂ ਇਸ ਜ਼ੀਰੋ ਦੀ ਜ਼ਰੂਰਤ ਹੈ ਨਾ ਸਾਨੂੰ ਇਸ ਜ਼ੀਰੋ ਦੀ ਜ਼ਰੂਰਤ ਹੈ ਸਾਡਾ ਆਨਸਰ ਕਿੰਨਾ ਆ ਗਿਆ 20 ਠੀਕ ਹੈ ਇਹ ਕਨਸੈਪਟ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਅਸੀਂ 10 ਨਾਲ 1000 ਨਾਲ 100 ਨਾਲ ਗੁਣਾ ਕਰਦੇ ਹਾਂ ਤਾਂ ਡੈਸੀਮਲ ਜਿਹੜਾ ਜਿੰਨੀਆਂ ਜ਼ੀਰੋ ਹੁੰਦੀਆਂ ਉਨੇ ਸਟੈਪ ਉਹ ਰਾਈਟ ਹੈਂਡ ਸਾਈਡ ਨੂੰ ਖਿਸਕ ਜਾਂਦਾ ਜੇ ਸਾਡੇ ਕੋਲ ਉੱਥੇ ਡਿਜੀਟ ਨਾ ਹੋਣ ਤਾਂ ਅਸੀਂ ਜ਼ੀਰੋ ਲਾ ਕੇ ਉਹ ਡਿਜੀਟ ਪੂਰੇ ਕਰ ਲਈਦੇ ਠੀਕ ਹੈ ਇਹ ਤੁਹਾਡਾ ਪਹਿਲਾ ਕੁਐਸਚਨ ਦੂਜੇ ਦੇ ਵਿੱਚ ਸਾਡੇ ਕੋਲ ਹੈਗਾ ਕਿ ਹੇਠ ਲਿਖਿਆਂ ਦਾ ਗੁਣਨਫਲ ਪਤਾ ਕਰੋ ਗੁਣਾ ਕਰਨੀ ਹੈ ਸਿੰਪਲ ਕੁਐਸਚਨ ਹੈ ਗੁਣਨਫਲ ਪਤਾ ਕਰੋ ਫਾਈਂਡ ਦਾ ਪ੍ਰੋਡਕਟ ਇੰਗਲਿਸ਼ ਦੇਖੋ ਇੰਗਲਿਸ਼ ਕੀ ਲਿਖਿਆ find the product of the each of the following ਠੀਕ ਹੈ ਪ੍ਰੋਡਕਟ ਪਤਾ ਕਰਨੀ ਐ ਸਿ ਗੁਣਾ ਪਤਾ ਕਰਨੀ ਆ ਅਸੀਂ ਪੰਜਾਬੀ ਵਾਲੇ ਉੱਪਰ ਰੱਖ ਲੈਨੇ ਹੁਣ ਗੁਣਾ ਕਰਨੀ ਆ ਤੇ ਗੁਣਾ ਕੀ ਦੀ ਐ 1.5 ਇਹਨੂੰ ਗੁਣਾ ਕਰਨੀ ਐ ਸਿ 3 ਨਾਲ ਠੀਕ ਐ 15 3 45 45 ਆ ਗਿਆ ਹੁਣ ਡੈਸੀਮਲ ਦੇ ਰਾਈਟ ਹੈਂਡ ਸਾਈਡ ਤੇ ਕਿੰਨੇ ਡਿਜੀਟ ਐ ਇੱਕੋ ਹੀ ਆ ਨਾ ਕੱਲਾ 5 ਤਾਂ ਅਸੀਂ ਇੱਧਰ ਰਾਈਟ ਹੈਂਡ ਸਾਈਡ ਤੋਂ ਇੱਕ ਡਿਜੀਟ ਛੱਡ ਕੇ ਇੱਧਰ ਪੁਆਇੰਟ ਲਗਾ ਦੇਣਾ ਇਹ ਸਾਡਾ ਆਨਸਰ ਹੋਏਗਾ ਠੀਕ ਹੈ ਹੁਣ ਅਸੀਂ ਕਰੀਏ ਸੈਕੰਡ ਪਾਰਟ ਸੈਕੰਡ ਪਾਰਟ ਹੈਗਾ 2.71 ਇਹਨੂੰ ਮਲਟੀਪਲਾਈ ਕਰਨਾ 12 ਨਾਲ ਹੁਣ 12 ਦਾ ਤੁਹਾਨੂੰ ਟੇਬਲ ਆਣਾ ਚਾਹੀਦਾ 12 12 12 1 ਦਾ 12 1 ਕੈਰੀ ਹੋ ਗਿਆ 12 7 ਦਾ 84 84 ਤੇ 1 85 8 ਕੈਰੀ ਹੋ ਗਿਆ ਠੀਕ ਹੈ ਹੁਣ ਇਧਰ ਕਿੰਨੇ ਡਿਜੀਟ ਆ 1 ਤੇ 2 ਇਧਰੋਂ ਵੀ ਸਿਸ ਰਾਈਟ ਹੈਂਡ ਸਾਈਡ ਤੋਂ ਦੋ ਹੀ ਡਿਜੀਟ ਛੱਡਣੇ ਆ ਦੋ ਅੰਕ ਛੱਡਣੇ 1 ਤੇ 2 ਛੱਡ ਗਏ ਇੱਥੇ ਸਾਡਾ ਡੈਸੀਮਲ ਆ ਗਿਆ ਇਹ ਸਾਡਾ ਆਨਸਰ ਹੋ ਗਿਆ ਠੀਕ ਹੈ ਥਰਡ ਸਮ ਦੇਖੋ 7.05 ਇਹਨੂੰ ਮਲਟੀਪਲਾਈ ਕਰਨਾ 4 ਨਾਲ ਸਿੰਪਲ ਮਲਟੀਪਲੀਕੇਸ਼ਨ ਆ ਤੁਸੀਂ ਆਰਾਮ ਨਾਲ ਗੁਣਾ ਕਰਨੀ ਆ ਡੈਸੀਮਲ ਨੂੰ ਸੋਚਣਾ ਹੀ ਨਹੀਂ ਕਿ ਹੈਗਾ ਇਹ ਵਿੱਚ ਠੀਕ ਹੈ 4 5 2 ਪੂਰਾ ਲਾਤਾ ਮੈਂ ਕਿਉਂਕਿ ਅੱਗੇ ਜ਼ੀਰੋ ਹੈ ਨਾ ਤਾਂ ਫਿਰ ਅਸੀਂ ਕੈਰੀ ਨਹੀਂ ਕਰੀਦਾ 4728 ਹੋ ਗਏ ਹੁਣ ਦੋ ਡਿਜੀਟ ਆ ਦੋ ਅੰਕ ਆ ਡੈਸੀਮਲ ਤੋਂ ਪਿੱਛੇ ਇਧਰੋਂ ਵੀ ਅਸੀਂ ਦੋ ਛੱਡਾਂਗੇ ਇੱਥੇ ਡੈਸੀਮਲ ਲਗਾ ਦਾਂਗੇ ਇਹ ਸਾਡਾ ਆਨਸਰ ਹੋ ਗਿਆ ਠੀਕ ਹੈ ਉਸ ਤੋਂ ਅੱਗੇ ਸਾਡੇ ਕੋਲ ਆ ਗਿਆ 0.05 ਇਹਨੂੰ ਗੁਣਾ ਕਰਨੀ ਆ 12 ਨਾਲ 12 5 60 60 ਤੇ 60 ਲੱਗੇ 1200 ਹੋ ਜਾਣਾ ਕੋਈ ਪ੍ਰੋਬਲਮ ਨਹੀਂ ਠੀਕ ਹੈ ਲਾਤਾ ਸੀ ਹੁਣ ਕਿੰਨੇ ਡਿਜੀਟ ਛੱਡਣੇ ਆ 2 1 ਤੇ 2 ਇਹ ਛੱਡਦੇ ਅਸੀਂ ਇਹ ਸਾਡਾ ਆਨਸਰ ਆ ਗਿਆ ਤੁਸੀਂ ਸਿੰਪਲ ਗੁਣਾ ਕਰਕੇ ਫਿਰ ਤੁਸੀਂ ਡਿਜੀਟ ਗਿਣ ਲੈਣੇ ਆ ਡੈਸੀਮਲ ਤੋਂ ਪਿੱਛੇ ਕਿੰਨੇ ਡਿਜੀਟ ਐ ਪਿੱਛੇ ਮੈਨੇ ਰਾਈਟ ਹੈਂਡ ਸਾਈਡ ਤੇ ਠੀਕ ਹੈ ਉਸ ਤੋਂ ਅੱਗੇ ਸਾਡੇ ਕੋਲ ਹੈਗਾ 112 ਡੈਸੀਮਲ 03 ਇਹਨੂੰ ਮਲਟੀਪਲਾਈ ਕਰਨਾ 8 ਨਾਲ 8 3 24 8 2 16 8 1 ਦਾ 819 818 ਹੁਣ ਦੋ ਡਿਜੀਟ ਹੈ ਇੱਥੇ ਦੋ ਛੱਡੇ ਇੱਥੇ ਡੈਸੀਮਲ ਲੱਗ ਗਿਆ ਇਹ ਸਾਡਾ ਆਨਸਰ ਆ ਗਿਆ ਨੈਕਸਟ ਸਟੈਪ ਉਸ ਅਮੇਗਾ 3 ਮਲਟੀਪਲਾਈ ਬਾਈ 7.53 ਹੁਣ ਇਹਨੂੰ ਅਸੀਂ ਉੱਪਰ ਰੱਖਾਂਗੇ 7.53 ਨੂੰ ਉਹਨੂੰ ਮਲਟੀਪਲਾਈ ਕਰਾਂਗੇ 3 ਨਾਲ 3 3 ਦਾ 9 3 5 ਦਾ 15 3 7 ਦਾ 21 ਤੇ 1 22 ਠੀਕ ਹੈ ਦੋ ਡਿਜੀਟ ਹੈ ਦੋ ਛੱਡੋ ਇਧਰੋਂ 1 ਤੇ 2 ਇਹ ਆਨਸਰ ਹੋ ਗਿਆ ਸਾਡਾ ਦੂਸਰਾ ਕੁਐਸਚਨ ਸਾਡਾ ਹੁਣ ਕੰਪਲੀਟ ਹੋ ਗਿਆ ਹੁਣ ਅਸੀਂ ਦੇਖਦੇ ਹਾਂ ਕੁਐਸਚਨ ਨੰਬਰ 3 ਕੁਐਸਚਨ ਨੰਬਰ 3 ਸਾਡੇ ਕੋਲ ਹੈਗਾ ਹੇਠ ਲਿਖਿਆਂ ਦਾ ਮੁੱਲ ਪਤਾ ਕਰੋ ਏਵੈਲੂਏਟ ਦਾ ਫਾਲੋਇੰਗ ਏਵੈਲੂਏਟ ਦਾ ਫਾਲੋਇੰਗ ਠੀਕ ਹੈ ਸੇਮ ਹੀ ਕੁਐਸਚਨ ਹੈ ਮੈਂ ਨਾਲ-ਨਾਲ ਤੁਹਾਨੂੰ ਦਿਖਾਈ ਜਾ ਰਹੀਆਂ ਮੁੱਲ ਪਤਾ ਕਰਨਾ ਸੀ ਏਵੈਲੂਏਟ ਕਰਨਾ ਦੇਖੋ ਮੈਂ ਪੇਜ ਫੋਲਡ ਕਰ ਲਿਆ ਤਾਂ ਕਿ ਤੁਹਾਨੂੰ ਰਕਮਾਂ ਜਿਹੜੀਆਂ ਦਿਖਦੀਆਂ ਰਹਿਣ 3.7 ਨੂੰ 0.4 ਨਾਲ ਅਸੀਂ ਗੁਣਾ ਕਰਦੇ ਹਾਂ ਠੀਕ ਹੈ ਪਹਿਲਾ ਪਾਰਟ ਹੈ 3.7 ਇਹਨੂੰ ਗੁਣਾ ਕਰਨੀ 0.4 ਨਾਲ ਹੁਣ ਵੀ ਮੈਂ ਤੁਹਾਨੂੰ ਦੱਸਦੀ ਆ ਕਿ ਸਿੰਪਲ ਗੁਣਾ ਕਰਨੀ ਆ ਸੀ ਸਿੰਪਲ ਗੁਣਾ ਕਰਕੇ ਬਾਅਦ ਚ ਅਸੀਂ ਕਾਊਂਟ ਕਰ ਲੈਣੇ ਆ ਕਿੰਨੇ ਡਿਜੀਟ ਹੈ ਉਹ ਅਸੀਂ ਲਾ ਦੇਣਾ ਉੱਥੇ ਪੁਆਇੰਟ ਪੁਆਇੰਟਾਂ ਤੋਂ ਬਿਲਕੁਲ ਨਹੀਂ ਘਬਰਾਣਾ ਡੈਸੀਮਲ ਤੋਂ ਬਿਲਕੁਲ ਘਬਰਾਣ ਦੀ ਜਰੂਰਤ ਨਹੀਂ 7 ਚੋਕੇ 28 ਠੀਕ ਹੈ ਦੋ ਹੰਸ ਲਾ ਗਏ 4 3 12 12 ਤੋਂ 2 14 148 ਹੋ ਗਿਆ 0 ਨਾਲ ਅਸੀਂ ਗੁਣਾ ਕਰਾਂਗੇ ਕੋਈ ਪ੍ਰੋਬਲਮ ਨਹੀਂ ਕੋਈ ਫਰਕ ਹੀ ਨਹੀਂ ਪੈਂਦਾ ਹੁਣ ਦੇਖੋ ਇੱਥੇ ਕਿੰਨੇ ਡਿਜੀਟਰ ਡੈਸੀਮਲ ਤੋਂ ਰਾਈਟ ਹੈਂਡ ਸਾਈਡ ਤੇ ਇੱਕ ਇਹ ਵਾਲਾ ਇਹ ਕੇਵਲਾ ਦੋ ਹੋ ਗਏ ਇੱਥੋਂ ਫਿਰ ਦੋ ਛੱਡਾਂਗੇ ਅਸੀਂ ਇਹ ਸਾਡਾ ਆਨਸਰ ਹੋ ਗਿਆ ਸੈਕੰਡ ਪਾਰਟ ਦੇਖੋ ਇਹਦਾ 2.75 ਇਹਨੂੰ ਗੁਣਾ ਕਰਨੀ ਅਸੀਂ 1.1 ਨਾਲ ਠੀਕ ਹੈ ਸਿੰਪਲ ਗੁਣਾ ਕਰਨੀ ਅਸੀਂ 5 7 2 5 7 2 1 ਨਾਲ ਪਹਿਲਾਂ ਕੀਤੀ 1 ਨਾਲ ਬਾਅਦ ਚ ਕਰ ਲਈ 11 ਨਾਲ ਸਿੱਧੀ ਵੀ ਕਰ ਸਕਦੇ ਸੀ ਏ ਸਾਡੇ ਕੋਲ ਆ ਗਿਆ 5 7 5 12 7 2 9 ਤੇ 1 10 2 ਤੇ 1 3 ਡੈਸੀਮਲ ਤੋਂ ਬਾਅਦ ਸਾਡੇ ਕੋਲ ਕਿੰਨੇ ਅੰਕ ਹੈ 1 2 3 1 2 3 ਇੱਥੇ ਲਾ ਦਿਓ ਠੀਕ ਹੈ ਮੁਸ਼ਕਿਲ ਤਾਂ ਨਹੀਂ ਰਹੇਗੇ ਬੜੀ ਈਜ਼ੀ ਸਮ ਸਮ ਹੈਗੇ ਸਾਰੇ ਇਹ ਅੱਗੇ 3rd ਦੇਖੀਏ 0.07 ਇਹਨੂੰ ਮਲਟੀਪਲਾਈ ਕਰਨਾ 1.9 ਦੇ ਨਾਲ 973 ਹੋ ਗਿਆ 3 ਟ੍ਰੇਟ ਹੀ ਲਗਣਾ ਅੱਗੇ 900 ਕਰ ਲੋ no problem 17 ਹੁਣ 177 ਠੀਕ ਹੈ 717 00 ਠੀਕ 376 13 ਅੱਗੇ 0 ਹੁਣ ਡੈਸੀਮਲ ਤੋਂ ਪਿੱਛੇ ਰਾਈਟ ਹੈਂਡ ਸਾਈਡ ਤੇ ਕਿੰਨੇ ਡਿਜੀਟ ਹੈ ਸਾਡੇ ਕੋਲ 1 2 3 ਇੱਥੋਂ ਵੀ ਛੱਡ ਦਿਓ ਫਿਰ 1 2 3 ਇਹ ਆਨਸਰ ਹੋ ਗਿਆ ਠੀਕ ਹੈ ਹੁਣ ਨੈਕਸਟ ਸਾਡੇ ਕੋਲ ਸਮੇਗਾ 0.5 ਨੂੰ 31.83 ਨਾਲ ਅਸੀਂ ਮਲਟੀਪਲਾਈ ਕਰਨਾ ਇਹਨੂੰ ਅਸੀਂ ਪਹਿਲਾਂ ਲਿਖਾਂਗੇ ਇਹਨੂੰ ਬਾਅਦ ਚ ਲਿਖ ਲਾਂਗੇ 31.83 ਨੂੰ ਅਸੀਂ ਮਲਟੀਪਲਾਈ ਕਰਨਾ 0.5 ਨਾਲ 5 3 15 1 ਹਾਂਸਲ ਆ ਗਿਆ 5 5 3 15 1 ਕੈਰੀ ਹੋ ਗਿਆ 5 8 40 5 8 40 1 ਪਲੱਸ ਕਰਾਂਗੇ 41 ਹੋ ਜਾਣਾ 4 ਕੈਰੀ ਹੋ ਜਾਏਗਾ 5 5 534 9 ਹੋ ਗਏ 5315 ਇਹਨਾਂ ਆ ਗਿਆ ਹੁਣ ਦੇਖੋ ਸਾਡੇ ਡੈਸੀਮਲ ਤੋਂ ਪਿੱਛੇ ਕਿੰਨੇ ਅੰਕ ਹੈ 1 2 3 1 2 3 ਛੱਡੇ ਇਹ ਸਾਡਾ ਆਨਸਰ ਹੋ ਗਿਆ ਠੀਕ ਹੈ ਨੈਕਸਟ ਸਾਡੇ ਕੋਲ 5ਥ ਸਮ ਹੈਗਾ 7.5 ਮਲਟੀਪਲਾਈ ਕਰਨਾ 5.7 75 35 75 ਦਾ 35 77 ਦਾ 49 49 ਤੇ 3 52 55 25 25735 ਤੇ 237 57 12 4 ਠੀਕ ਹੈ ਡਿਜੀਟ ਕਿੰਨੇ ਛੱਡਾਂਗੇ ਪਿੱਛੇ ਅਸੀਂ 1 ਤੇ 2 1 ਤੇ 2 ਇੱਥੇ ਡੈਸੀਮਲ ਇਹ ਸਾਡਾ ਆਨਸਰ ਹੈ ਸੌਰੀ ਠੀਕ ਹੈ ਹੁਣ ਉਸ ਤੋਂ ਬਾਅਦ ਸਾਡੇ ਕੋਲ ਅਗਲਾ ਕੁਐਸਚਨ ਹੈਗਾ 10.02 1.02 10.02 1.02 normally 2 2 4 0 2 0 0 2 1 2 0 0 0 2 1 0 0 1 0 0 1 1 1 ठीक है 4 ਆ ਗਏ 0 ਆ ਗਏ 2 ਆ ਗਏ 2 ਆ ਗਏ 0 ਆ ਗਏ 1 ਆ ਗਏ ਹੁਣ ਅਸੀਂ ਡੈਸੀਮਲ ਕਿੱਥੇ ਲਗਾਣਾ ਕਿੰਨੇ ਡਿਜੀਟ ਐ ਇੱਥੇ 1 2 3 4 4 ਹੋ ਗਏ ਟੋਟਲ 1 2 3 4 ਇੱਥੇ ਸਾਡਾ ਡੈਸੀਮਲ ਲੱਗਿਆ ਇਹ ਆਨਸਰ ਆ ਗਿਆ ਓਕੇ ਨੈਕਸਟ ਸਾਡੇ ਕੋਲ ਹੈਗਾ 0.08 0.53 ਠੀਕ ਹੈ 0.08 0.53 ਠੀਕ ਹੈ 3 8 24 ਹੋ ਜਾਣੇ 300 ਹੋ ਗਿਆ 5 8 40 ਹੋ ਗਏ 500 4 2 4 0 ਠੀਕ ਹੈ ਹੁਣ ਇਹ ਦੇਖੋ ਤੁਸੀਂ ਕਿੰਨੇ ਡਿਜੀਟ ਛੱਡਾਂਗੇ ਅਸੀਂ 1 2 3 4 1 2 3 4 ਇੱਥੇ ਲੱਗੇਗਾ ਤੇ ਇਹਦੇ ਅੱਗੇ ਇੱਕ ਜ਼ੀਰੋ ਸਾਨੂੰ ਲਾਉਣੀ ਪੈਗੀ ਹੋਰ ਇਹ ਸਾਡਾ ਆਨਸਰ ਹੋ ਗਿਆ ठीक है नैक्सम सा ट्वेंटी वन पॉइंट वन टू मल्टीप्लाई बाई वन पॉइंट टू वन एकम एक एकम एक दूनी दोनी दो दूनी चार दोम दोम दो चार दो ਤੋ 5 5 5 5 2 ਠੀਕ ਹੈ ਇਹਦਾ ਗੁਣਾ ਹੋ ਗਈ ਹੁਣ ਤੇ ਕਿੰਨੇ ਡਿਜੀਟ ਛੱਡਨੇ ਆ ਸਿ 1 2 3 4 1 2 3 4 ਛੱਡ ਕੇ ਇੱਥੇ ਸਾਡੇ ਕੋਲ ਪੁਆਇੰਟ ਲੱਗ ਗਿਆ ਇਹ ਸਾਡਾ ਆਨਸਰ ਹੈ ਠੀਕ ਹੈ ਅੱਛਾ ਉਸ ਤੋਂ ਬਾਅਦ ਸਾਡੇ ਕੋਲ ਹੈਗੀ ਰਕਮ 1.06 ਇਹਨੂੰ ਗੁਣਾ ਕਿਹਦੇ ਨਾਲ ਕਰਨੀ ਹੈ 0.04 ਨਾਲ 4 ਨਾਲ ਗੁਣਾ ਕਰਨੀ ਸੀ 4 4 24 ਹੋ ਗਏ 4 1 4 ਹੋ ਗਏ ਬਾਕੀ ਤਾਂ 0 0 ਹੀ ਆਣਾ আচ্ছা ਹੁਣ ਦੇਖੋ ਸਾਡੇ ਕੋਲ 4 ਡਿਜੀਟ ਹੈ ਇਧਰ 1 2 3 4 ਇੱਥੇ 3 ਆ 1 2 3 ਇੱਕ ਹੋਰ ਲਾ ਲਾਂਗੇ ਨਾਲ 0 ਇਧਰ ਲੈਣੀ ਆ ਜਦੋਂ ਇਹ ਜਦੋਂ ਅਸੀਂ ਡੈਸੀਮਲ ਲਗਾਉਣ ਲਈ ਡਿਜੀਟ ਪੂਰੇ ਕਰਨੇ ਆ ਨਾ ਤਾਂ ਫਿਰ ਅਸੀਂ ਲੈਫਟ ਹੈਂਡ ਸਾਈਡ ਤੇ 0 ਲਗਾਣੀ ਠੀਕ ਹੈ ਤਾਂ ਇੱਥੇ ਸਾਡਾ ਪੁਆਇੰਟ ਲੱਗੇਗਾ ਇਹਦੇ ਅੱਗੇ ਇੱਕ ਹੋਰ 0 ਲਾ ਲਾਂਗੇ ਇਹ ਸਾਡਾ ਆਨਸਰ ਹੋ ਗਿਆ ਹੁਣ ਇਹ ਤਰ ਸਾਰੇ ਸਮ ਜਿਹੜੇ ਆ ਮੈਂ ਕਰ ਦਿੱਤੇ ਆ ਲਗਭਗ ਹਾਂ ਇਹ ਸਾਰੇ ਸਮ ਮੈਂ ਹੁਣ ਇੱਥੇ ਕਰ ਦਿੱਤੇ ਇਸ ਤਰ੍ਹਾਂ ਪਰ ਇਹ ਜਿਹੜਾ ਕੰਮ ਤੁਹਾਡਾ ਨਾ ਜਿੱਥੇ ਤੁਸੀਂ ਸਮ ਕਰੋਗੇ ਉਹਦੇ ਸਾਹਮਣੇ ਰਫ ਕੰਮ ਚੋਣਾ ਚਾਹੀਦਾ ਜਿਹੜਾ ਤੁਸੀਂ ਸਮ ਕਰਨਾ ਹੈ ਉਹਨੂੰ ਤੁਸੀਂ ਇਸ ਤਰ੍ਹਾਂ ਕਰਨਾ ਕਿ ਤੁਸੀਂ ਰਫ ਕੰਮ ਚ ਮਲਟੀਪਲਾਈ ਕਰਕੇ ਦੇਖ ਲਿਆ 3.7 04 ਹੈ ਪਹਿਲਾ ਕੁਐਸਚਨ ਹੈ ਤੁਹਾਡਾ ਠੀਕ ਹੈ ਇਹ ਪਹਿਲਾ ਪਹਿਲਾ ਪਾਰਟ ਹੈ ਤੁਹਾਡਾ 3.7 0.4 ਇਹਦੀ ਇਦਾਂ ਮਲਟੀਪਲੀਕੇਸ਼ਨ ਕਰ ਲੈਣੀ ਸਾਹਮਣੇ ਕਰਕੇ ਫਿਰ ਤੁਸੀਂ ਇਹਦੇ ਸਾਹਮਣੇ ਦਾ ਆਨਸਰ ਲਿਖ ਦੇਣਾ 1.48 ਪਰ ਇਹਦੀ ਮਲਟੀਪਲੀਕੇਸ਼ਨ ਇਹਦੇ ਰਫ ਕੰਮ ਜਿੱਥੇ ਸਾਹਮਣੇ ਇਦਾਂ ਹੋਈ ਹੋਣੀ ਚਾਹੀਦੀ ਹੈ ਇਹ ਮੈਂ ਸਾਰੇ ਸਮਝਾਉਣ ਵਾਸਤੇ ਪਹਿਲਾਂ ਕੀਤੇ ਹੈ ਪਰ ਸਮਝ ਜਿਹੜਾ ਕਰਨ ਦਾ ਐਕਚੁਅਲੀ ਤਰੀਕਾ ਉਹ ਦਾ ਕਾਪੀ ਤੇ ਉਹ ਇਹ ਹੁੰਦਾ ਠੀਕ ਹੈ ਕਿਉਂਕਿ ਹੁਣ ਤੁਸੀਂ ਛੋਟੀ ਕਲਾਸ 'ਚ ਨਹੀਂ ਹੈਗੇ ਹੁਣ ਤੁਸੀਂ 7th ਕਲਾਸ 'ਚ ਹੋ ਗਏ ਹੋ ਓਕੇ ਕਵੈਸਚਨ 8 ਹੌਨਸਾਡਾ ਕਵੈਸਚਨ ਨੰਬਰ 3 ਜਿਹੜਾ ਕੰਪਲੀਟ ਹੋ ਗਿਆ ਉਹਨੂੰ ਮੈਂ ਕਰਨ ਦਾ ਮੈਥਡ ਵੀ ਤੁਹਾਨੂੰ ਦੱਸ ਦਿੱਤਾ ਕਿ ਅਸੀਂ ਕਿੱਦਾਂ ਕਰਨਾ ਹੈ ਠੀਕ ਹੈ ਅਗਲੇ ਕਵੈਸਚਨ ਅਸੀਂ ਅਗਲੀ ਵੀਡੀਓ ਚ ਕਰਾਂਗੇ ਬਾਏ ਬਾਏ